ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਵੀਰੋ ਅੱਜ ਦੋ ਗੱਲਾਂ ਕਰਨੀਆਂ ਆਪਣੇ ਵੀਰ ਭਗਵੰਤ ਮਾਨ ਖਾਤਰ। ਬਈ ਮਾਨ ਸਾਹਿਬ, ਮੈਂ ਤੁਹਾਨੂੰ ਦਿਲੋਂ ਬਹੁਤ ਜਾਣੀ ਕਿ ਰਿਸਪੈਕਟ ਅਤੇ ਇੱਜ਼ਤ ਨਾਲ ਦੇਖਦਾ ਸੀਗਾ, ਅਤੇ ਤੁਹਾਨੂੰ ਮੈਂ ਯੋਧਿਆਂ ਦੀ ਗਿਣਤੀ 'ਚ ਗਿਣਦਾ ਸੀ ਵੀਰ। ਅਤੇ ਯੋਧੇ ਦਾ ਮਤਲਬ ਤੁਸੀਂ ਜਾਣੀ ਕਿ ਹੁਣ ਇੱਥੇ ਆ ਕੇ ਫਲੋਪ ਕਰਤਾ ਯਾਰ, ਮੇਰਾ ਮਤਲਬ ਕਿ ਉਹ ਯੋਧਾ ਨਹੀਂ ਹੁੰਦਾ ਹੈਗਾ ਜਿਹੜਾ ਕਿ ਆ ਕੇ ਛੋਟੀ ਜਿਹੀ ਗੱਲ ਪਿੱਛੇ ਉਹ ਆਪਣੇ ਸਾਰੇ ਲੋਕਾਂ ਦਾ ਸਾਥ ਛੱਡ ਜਾਵੇ ਕਿ ਜਦੋਂ ਕਿ ਸਾਰੇ ਪੰਜਾਬ ਨੂੰ ਅੱਗ ਲੱਗੀ ਹੋਵੇ। ਅਤੇ ਤੈਨੂੰ ਵੀਰ ਦਰਦ ਸੀਗਾ, ਮੈਂ ਤੇਰੀ ਵੀ ਤੇਰੀ ਗੱਲ ਮੈਂ ਇਹਦੇ ਨਾਲ ਵੀ ਸਹਿਮਤ ਹਾਂ ਕਿ ਤੈਨੂੰ ਦਰਦ ਸੀਗਾ। ਤੇਰੇ ਕੋਲ ਜਿਹੜੇ ਬਾਕੀ MLA ਉੱਥੇ ਪੰਜਾਬੀਆਂ ਨਾਲ ਧੋਖਾ ਕਰਕੇ ਤੇਰੇ ਕੋਲ ਆ ਕੇ ਬੈਠੇ ਨੇ, ਤੇਰੀ ਫੋਟੋ ਵਾਇਰਲ ਹੋ ਰਹੀ ਹੈ ਕਿ ਤੂੰ ਉਹਨਾਂ ਨਾਲ ਹਾਸੇ ਠੱਠੇ ਕਰ ਰਿਹਾ। ਯਾਰ ਤੂੰ ਉਹਨਾਂ ਨਾਲ ਇੱਕ ਵਾਰ ਵੀ ਨਹੀਂ ਗੱਲ ਕਰ ਸਕਿਆ ਕਿ ਉੱਧਰ ਪੰਜਾਬੀ ਸਾਰੇ ਪੰਜਾਬ ਦੀ ਲਈ ਲੜ ਰਹੇ ਨੇ ਅਤੇ ਤੁਸੀਂ ਆ ਕੇ ਮੈਨੂੰ ਮਿਲਣ ਆਏ ਹੋ? ਤੁਹਾਡੇ ਲਈ ਮੈਂ ਵੱਧ ਹੋ ਗਿਆ ਪੰਜਾਬ ਨਾਲੋਂ ਅਤੇ ਪੰਜਾਬੀਆਂ ਨਾਲੋਂ? ਤੂੰ ਇੱਕ ਵਾਰ ਵੀ ਉਹਨਾਂ ਨੇ ਗੱਲ ਕੀਤੀ ਆ? ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੇ ਜਿਹੜਾ ਫੈਸਲਾ ਲਿਆ, ਇਹ ਤਾਂ ਤੂੰ ਬੈਠੇ ਵੀ ਉਹਦਾ ਵਿਰੋਧ ਕਰ ਸਕਦਾ ਸੀ। ਤੇਰੇ ਦਰਦ ਸੀਗਾ ਵੀਰੇ, ਮੈਨੂੰ ਬਲੱਡ ਕੈਂਸਰ ਦੀ ਹੋ ਕੇ ਹਟਿਆ, ਮੈਨੂੰ ਬਲੱਡ ਕੈਂਸਰ ਵੀ ਮੈਨੂੰ ਉਹ ਹੋ ਕੇ ਹਟਿਆ ਜਿਹਦੇ ਵਿੱਚੋਂ 50% ਲੋਕ ਬਚਦੇ ਨੇ। ਮੇਰੇ ਇੰਨੀਆਂ ਦਵਾਈਆਂ ਲੱਗੀਆਂ ਨੇ ਕਿ ਮੇਰੇ ਅੱਜ ਵੀ ਹਰ ਇੱਕ ਹਿੱਸੇ ਦੇ ਵਿੱਚ ਦਰਦ ਹੁੰਦਾ, ਪਰ ਮੈਂ ਫਿਰ ਵੀ ਜਦੋਂ ਪੰਜਾਬੀਆਂ ਨੇ ਆਵਾਜ਼ ਚੱਕੀ ਇਸ ਖਿਲਾਫ, ਮੈਨੂੰ ਉਸ ਦਰਦ ਦਾ ਚੇਤਾ ਭੁੱਲ ਗਿਆ ਵੀ ਹਾਂ ਇਹ ਹੋਣਾ ਚਾਹੀਦਾ ਸੀ। ਇੰਨੇ ਚਿਰ ਤੋਂ ਅਸੀਂ ਬਰਦਾਸ਼ਤ ਕਰਦੇ ਆ ਰਹੇ ਹਾਂ ਧੱਕਾ, ਮੇਰਾ ਸਾਰਾ ਦਰਦ ਭੁੱਲ ਗਿਆ। ਮੈਂ ਉਦਣ ਹੌਸਪੀਟਲ ਦੇ ਵਿੱਚ ਸੀਗਾ, ਜਿੱਦਣ ਇੱਕ ਦਿਨ ਮੈਂ ਪਹਿਲਾਂ ਇਹ ਵੀਡੀਓ ਪਾਈ ਆ ਆਪਣੀ ਹੌਸਪੀਟਲ ਦੇ ਵਿੱਚੋਂ, ਮੈਂ ਉਹ ਵੀਡੀਓ ਪਾਈ ਸੀ ਤੈਨੂੰ। ਅੱਜ ਵੀ ਮੇਰੇ ਤੋਂ ਤੁਰ ਨਹੀਂ ਹੁੰਦਾ ਸਮਾਰ ਕੇ, ਬੈਠ ਨਹੀਂ ਹੁੰਦਾ ਔਰ ਸੌਂ ਨਹੀਂ ਹੁੰਦਾ ਮੇਰੇ ਤੋਂ ਸਮਾਰ ਕੇ। ਮੈਨੂੰ ਤਾਂ ਯਾਰ ਉਦੋਂ ਮਹਿਸੂਸ ਨਹੀਂ ਹੋਇਆ ਕਿ ਮੈਂ ਬਿਮਾਰ ਹਾਂ, ਕਿ ਮੈਂ ਰਹਿਣ ਦਾ ਕੋਈ ਨਹੀਂ ਚੱਲ ਰਿਹਾ, ਹੈ ਨਾ। ਤੇਰੇ ਸਿਰ 'ਤੇ ਵੀਰੇ ਭਗਤ ਸਿੰਘ ਦੀ ਪੱਗ ਸੀਗੀ, ਜੇ ਭਗਤ ਸਿੰਘ ਆਹ ਗੱਲਾਂ ਸੋਚ ਲੈਂਦਾ, ਹੈ ਨਾ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਿਆ ਕਿ ਤੂੰ ਭਗਤ ਸਿੰਘ ਦਾ ਨਿਸ਼ਾਨ ਸਿਰ 'ਤੇ ਲੈ ਕੇ ਫਿਰਦਾ ਇਹ ਦਾਅਵੇ ਕਰਦਾ ਰਿਹਾ ਸਾਡੇ ਨਾਲ ਯਾਰ, ਕਿ ਮੇਰੇ ਸਿਰ 'ਤੇ ਭਗਤ ਸਿੰਘ ਦੀ ਪੱਗ ਆ, ਮੈਂ ਇਸ ਦੀ ਲਾਜ ਰੱਖੂੰਗਾ। ਅੱਜ ਪੰਜਾਬ ਨੂੰ ਅੱਗ ਲੱਗੀ, ਪੰਜਾਬੀ ਉੱਥੇ ਤਪਦੇ ਸੇਕ ਦੇ ਵਿੱਚ ਜਾ ਕੇ ਉਹਨਾਂ ਨੇ ਉਸ ਗੱਲ ਦਾ ਵਿਰੋਧ ਕੀਤਾ, ਸਾਰੇ ਪੰਜਾਬੀਆਂ ਨੇ। ਮੈਂ ਬਜ਼ੁਰਗ ਤੱਕ ਦੇਖੇ ਨੇ ਇੰਟਰਵਿਊ ਦੇ ਵਿੱਚ, ਉਹਨਾਂ ਨੂੰ ਜਾ ਕੇ ਪੱਤਰਕਾਰ ਨੇ ਪੁੱਛਿਆ, ਕਹਿੰਦਾ ਬਾਬਾ ਇੰਨੀ ਗਰਮੀ ਆ, ਕਹਿੰਦਾ ਗਰਮੀ ਨਹੀਂ ਲੱਗਦੀ? ਕਹਿੰਦਾ ਪੁੱਤ ਆ ਜਿਹੜੇ ਮੂਹਰੇ ਬੈਠੇ ਗੱਲਾਂ ਕਰਦੇ ਆ ਨਾ, ਕਹਿੰਦਾ ਇਹਨਾਂ ਦੇ ਗੱਲਾਂ ਨੇ ਮੇਰੇ ਠੰਡ ਪਾਈ ਪਈ ਆ ਸੀਨੇ 'ਚ। ਕਹਿੰਦਾ ਮੈਨੂੰ ਕੋਈ ਗਰਮੀ ਨਹੀਂ ਲੱਗਦੀ, ਮੈਨੂੰ ਕੋਈ ਪਿਆਸ ਨਹੀਂ ਲੱਗ ਰਹੀ, ਕੋਈ ਭੁੱਖ ਨਹੀਂ ਲੱਗ ਰਹੀ। ਵੀਰੇ ਤੇਰੇ 'ਤੇ ਤਾਂ ਸਾਨੂੰ ਬਹੁਤ ਆਸ ਸੀਗੀ। ਜਿਹੜੇ ਸਿੰਘ ਜੇ ਵੀਰੇ ਆਪਣੇ ਤੇਰੇ ਵਾਲੀ ਸੋਚ ਲੈ ਲੈਂਦੇ, ਤੇਰੇ ਮੈਂ ਕੰਮਾਂ ਨੂੰ ਨਹੀਂ ਕਹਿੰਦਾ ਵੀ ਤੂੰ ਕੰਮ ਨਹੀਂ ਕੀਤੇ ਹੈਗੇ, ਪਰ ਦਰਿਆ ਚੱਲਦਾ ਹੀ ਦਰਿਆ ਹੁੰਦਾ, ਜਿੱਦਣ ਦਰਿਆ ਦਾ ਪਾਣੀ ਰੁਕ ਜਾਵੇ ਉਹ ਸਿਰਫ ਇੱਕ ਟੋਭਾ ਬਣ ਜਾਂਦਾ। ਤੈਂ ਜਿਹੜੀ ਵੀਰੇ ਅੱਜ ਸਾਡੇ ਨਾਲ ਇਹ ਗੱਲ ਕੀਤੀ ਆ ਉਹ ਸਾਰਿਆਂ ਨੂੰ ਸਮਝ ਆ ਗਈ ਆ। ਹਾਂ ਠੀਕ ਆ, ਸਾਡੇ ਵੀਰ ਕੁਛ ਤੇਰਾ ਪੱਖ ਪੂਰ ਰਹੇ ਨੇ, ਉਹ ਤੇਰੇ ਕੰਮਾਂ ਕਰਕੇ ਪੂਰ ਰਹੇ ਨੇ, ਪਰ ਜਿਹੜੀ ਗੱਲ ਸਮਝ ਆਈ ਆ ਪੰਜਾਬੀਆਂ ਦੇ ਉਹ ਵੀ ਨਕਾਰੀ ਨਹੀਂ ਜਾ ਸਕਦੀ, ਅਤੇ ਉਹ ਗੱਲ ਗਲਤ ਵੀ ਨਹੀਂ ਹੈਗੀ ਕਿ ਤੂੰ ਦੋਗਲੀ ਰਾਜਨੀਤੀ ਕੀਤੀ ਆ ਸਾਡੇ ਨਾਲ। ਕੀ ਮੂੰਹ ਹਿਲਾਉਣ ਦੇ ਵਿੱਚ ਵੀ ਤੇਰਾ ਦਰਦ ਸੀਗਾ? ਜਦੋਂ ਆ ਕੇ ਤੇਰੇ ਕੋਲ ਬੈਠੇ ਨੇ ਸਾਰੇ MLA, ਕੀ ਉਦੋਂ ਵੀ ਤੇਰੇ ਵੀਰੇ ਦਰਦ ਸੀਗਾ? ਉਦੋਂ ਤਾਂ ਤੂੰ ਹਾਸੇ ਠੱਠੇ ਕਰ ਰਿਹਾ ਸੀਗਾ, ਉਦੋਂ ਉਹਨਾਂ ਨੂੰ ਕਿਉਂ ਨਹੀਂ ਤਾਂ ਕਿਹਾ ਵੀ ਮੇਰੇ ਕੋਲ ਕੀ ਲੈਣ ਆਏ ਹੋ ਤੁਸੀਂ? ਉੱਧਰ ਪੰਜਾਬ ਨੂੰ ਅੱਗ ਲੱਗੀ ਆ, ਸਾਰਾ ਪੰਜਾਬ ਜਿਨ੍ਹਾਂ ਨੇ ਮੈਨੂੰ ਤੁਹਾਨੂੰ ਸੀਟਾਂ 'ਤੇ ਬਿਠਾਇਆ ਉਸ ਪਬਲਿਕ ਨੇ, ਅੱਜ ਉਹ ਪਬਲਿਕ ਜਾ ਕੇ ਉੱਥੇ ਸੰਘਰਸ਼ 'ਚ ਲੱਗੀ ਹੋਈ ਆ, ਤੁਸੀਂ ਮੇਰੀਆਂ ਖਬਰਾਂ ਲੈਂਦੇ ਫਿਰਦੇ ਹੋ? ਮੈਂ ਤੁਹਾਡੇ ਕੋਲ ਆ ਕੇ ਆਪਦੀ ਖਬਰ ਆਪ ਦੇ ਦੂੰਗਾ। ਤੈਨੂੰ ਫੋਨ ਤਾਂ ਆਇਆ ਹੋਣਾ ਜ਼ਰੂਰ ਵੀਰ ਉਹਨਾਂ ਦਾ ਵੀ ਅਸੀਂ ਆਉਣ ਲੱਗੇ ਹਾਂ ਤੇਰੇ ਕੋਲ, ਤੂੰ ਕਮ ਸੇ ਕਮ ਉਹਨਾਂ ਨੂੰ ਤਾਂ ਕਹਿ ਦਿੰਦਾ
ਵੀ ਮੇਰਾ ਪੱਥਰੀ ਦਾ ਦਰਦ ਆ, ਮੈਂ ਕੋਈ ਮਰਨੇ ਵਾਲੀ ਉਹ ਤਾਂ ਨਹੀਂ ਪਿਆ ਵੀ ਮੈਂ ਕੱਲ੍ਹ ਨੂੰ ਪਰਸੋਂ ਨੂੰ ਲੰਘ ਜਾਣਾ ਦੁਨੀਆ ਤੋਂ। ਅਸਲੀ ਪਰ ਜਿਹੜੇ ਯੋਧੇ ਨੇ ਨਾ, ਜੋ ਮਰਨੇ ਵਾਲੇ ਵੀ ਹੋਣ, ਉਹ ਤਾਂ ਸਗੋਂ ਇਹ ਵੀ ਕਹਿੰਦੇ ਆ ਮੈਂ ਪੰਜਾਬ ਲਈ ਪਹੁੰਚੂਗਾ, ਚਾਹੇ ਮੈਂ ਮਰ ਕਿਉਂ ਨਾ ਜਾਵਾਂ। ਤੂੰ ਤਾਂ ਭਰਾਵਾ ਉਹਨਾਂ ਨੂੰ ਵੀ ਨਹੀਂ ਕਿਹਾ ਵੀ ਮੇਰੀ ਖਬਰ ਲੈਣ ਨਾ ਆਇਓ, ਤੁਸੀਂ ਪੰਜਾਬੀਆਂ ਦੇ ਹੱਕ 'ਚ ਜਾਓ। ਉੱਥੇ ਹੁਣ ਤੱਕ ਦਾ ਮਨੀਸ਼ ਸਿਸੋਦੀਆ ਲਈ, ਅਰਵਿੰਦ ਕੇਜਰੀਵਾਲ ਲਈ, ਵੀਰੇ ਤੇਰਾ ਪੱਖ ਕੀ ਆ, ਤੈਂ ਉਹਨਾਂ ਲਈ ਕੀ ਸੋਚਿਆ? ਜਿਹੜਾ ਫੈਸਲਾ ਪੰਜਾਬੀਆਂ ਨੇ ਲਿਆ ਕਿ ਸਾਡੇ ਨਾਲ ਧੱਕਾ ਹੋ ਰਿਹਾ, ਤੂੰ ਉਸ 'ਤੇ ਹਾਮੀ ਭਰੀ ਆ ਬਈ ਮੈਂ ਹਾਂ ਬਾਕੀ ਖਿਲਾਫ ਹਾਂ ਦਿੱਲੀ ਦੀ ਇਸ ਖੇਡੀ ਜਾ ਰਹੀ ਗੇਮ ਦੇ ਪਿੱਛੇ, ਮੈਂ ਦਿੱਲੀ ਦਾ ਸਾਥ ਨਹੀਂ ਦਊਂਗਾ। ਆਹ ਦੋ ਬੋਲੇ ਸੀਗੇ, ਅਸੀਂ ਤੇਰੇ ਬੋਲਾਂ ਦੀ ਉਡੀਕ ਕਰਦੇ ਸੀਗੇ ਕਿ ਸਾਡਾ ਬੱਬਰ ਸ਼ੇਰ ਬੈਠਾ। ਅੱਜ ਕਿਹੜੇ ਹਿਸਾਬ ਨਾਲ ਵੀਰੇ ਤੈਨੂੰ ਬੱਬਰ ਸ਼ੇਰ ਕਹਿ ਦਈਏ, ਕਿਹੜੇ ਹਿਸਾਬ ਨਾਲ? ਜਾਂ ਤੂੰ ਸ਼ੀਸ਼ੇ ਖੜ ਕੇ ਵੀਰੇ ਪੱਗ ਬੰਨੇਗਾ ਕਿ ਤੈਨੂੰ ਹੁਣ ਪੱਗ ਸੋਹਣੀ ਲੱਗੂਗੀ ਤੇਰੇ ਸਿਰ 'ਤੇ ਬੰਨੀ ਭਗਤ ਸਿੰਘ ਦੀ? ਉੱਧਰ ਪੰਜਾਬੀ ਜਾ ਕੇ ਲੜ ਰਹੇ ਸੀਗੇ, ਕਿਸੇ ਕੋਈ ਬੰਦਾ ਸੋਚ ਕੇ ਨਹੀਂ ਗਿਆ ਕਿ ਰੈਲੀ ਸੁਖਪਾਲ ਖਹਿਰਾ ਕਰ ਰਿਹਾ ਵਾ। ਅਸੀਂ ਸੋਚ ਕੇ ਗਏ ਹਾਂ ਕਿ ਇਹ ਸਾਡੇ ਹੱਕਾਂ ਦੇ ਲਈ ਹੋ ਰਹੀ ਆ, ਇਹ ਸਿਸਟਮ ਦੇ ਖਿਲਾਫ ਹੋ ਰਹੀ ਆ, ਜਿਹੜਾ ਸਿਸਟਮ ਦਿੱਲੀ ਵਾਲਿਆਂ ਨੇ ਤੋਰਿਆ ਹੋਇਆ। ਅਸੀਂ ਉਸ ਕਰਕੇ ਉੱਥੇ ਪਹੁੰਚਿਆ ਸਾਰੇ ਪੰਜਾਬੀ। ਮੈਂ ਆਪਦੀ ਬਿਮਾਰੀ ਦੇ ਵਿੱਚ, ਕੈਂਸਰ ਦੀ ਦੇ ਵਿੱਚ ਵੀ ਤਾਂ ਬੋਲਿਆ ਜਦ ਉੱਥੇ ਅੱਜ ਪਤਾ ਲੱਗਦਾ ਸੀ ਕਿ ਹਾਂ ਹੁਣ ਪੰਜਾਬੀਆਂ ਨੂੰ ਛਡਾਉਣ ਦਾ ਵਕਤ ਆ ਗਿਆ ਵਾ। ਸਾਡੇ ਕੋਲ ਪਹਿਲਾਂ ਰਾਹ ਨਹੀਂ ਸੀ ਲੱਭਦਾ, ਜਿੱਦਣ ਰਾਹ ਲੱਭਿਆ ਉੱਦਣੇ ਭਰਾਵਾ ਤੂੰ ਭੱਜ ਗਿਆ, ਉੱਦਣੇ ਤੇਰੇ ਆ ਜਿਹੜੇ ਬਾਕੀ, ਕੀ ਕਹਾਂ ਮੈਂ ਇਹਨਾਂ ਬਾਰੇ, ਜਿਹੜੇ ਗਏ ਆ ਉੱਥੇ ਤੇਰੇ ਕੋਲ, ਕੁਛ ਨਹੀਂ ਤਾਂ ਉਹਨਾਂ ਦਾ ਸਵਾਗਤ ਕਰ ਵੀ ਦਿੱਤਾ ਸਾਡੇ ਪੰਜਾਬੀ ਵੀਰਾਂ ਨੇ। ਮੈਂ ਸਾਰੇ ਵੀਰਾਂ ਨੂੰ ਕਹਿ ਕੇ ਹਟਿਆ ਵੀ ਵੀਰੋ ਮੈਨੂੰ ਜਿਹੜੇ ਵੀਰ ਹਲੇ ਵੀ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਆ, ਮੈਂ ਉਹਨਾਂ ਨੂੰ ਕਹਿ ਕੇ ਹਟਿਆ, ਇਹ ਪਾਰਟੀ ਲੋਕਤੰਤਰ ਦਾ ਦਾਅਵਾ ਕਰਦੀ ਸੀ ਕਿ ਲੋਕਤੰਤਰ ਰਾਜ ਚਾਹੀਦਾ ਸਾਨੂੰ। ਲੋਕਤੰਤਰ ਕੀ ਹੁੰਦਾ ਕਿ ਲੋਕਾਂ ਦੀ ਗੱਲ MLA ਦਿੱਲੀ ਪਹੁੰਚਾਉਣ, ਨਾ ਕਿ ਦਿੱਲੀ ਵਾਲੇ ਦਿੱਲੀ ਵਾਲਿਆਂ ਦੀ ਗੱਲ ਲਿਆ ਕੇ ਲੋਕਾਂ 'ਤੇ ਥੋਪਣ। ਇਹ ਫਿਰ ਦਿੱਲੀ ਵਾਲਿਆਂ ਦਾ ਲੋਕਤੰਤਰ ਆ, ਲੋਕਾਂ ਦਾ ਲੋਕਤੰਤਰ ਨਹੀਂ ਹੈਗਾ। ਅਸੀਂ ਸਾਰੇ ਉੱਥੇ ਗਏ ਸੀਗੇ ਲੋਕਤੰਤਰ ਦੇ ਲਈ, ਅਸੀਂ ਆਪਦੇ ਲੋਕਤੰਤਰ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਕੇਜਰੀਵਾਲ ਨੇ, ਅਸੀਂ ਉਹਨਾਂ ਬਾਰੇ ਉਹਨਾਂ ਗੱਲ ਕਰਨ ਗਏ ਸੀਗੇ ਕਿ ਲੋਕਪਾਲ ਬਿੱਲ ਕਿੱਥੇ ਆ ਉਹ ਜਿਹੜੀਆਂ ਤੂੰ ਗੱਲਾਂ ਕਰਦਾ ਸੀ ਕਿ ਮੈਂ ਲੋਕ ਮੰਤਰੀਆਂ ਦੇ ਹੱਥ ਵੱਢ ਕੇ ਲੋਕਾਂ ਦੇ ਹੱਥ 'ਚ ਫੜਾਊਂਗਾ। ਸਾਰਾ ਪੰਜਾਬ ਉੱਥੇ ਸੜ ਰਿਹਾ ਸੀ ਗਰਮੀ ਦੇ ਵਿੱਚ। ਯਾਰ ਤੇਰਾ ਤਾਂ ਦਰਦ ਤਾਂ ਦਰਦ, ਤੇਰਾ ਤਾਂ ਸਾਰਾ ਸਰੀਰ ਉੱਠ ਕੇ ਲੂੰ ਲੂੰ, ਤੇਰੇ ਤਾਂ ਇੱਧਰ ਨੂੰ ਪੰਜਾਬ ਵੱਲ ਨੂੰ ਤੁਰ ਪੈਂਦੇ। ਬਾਕੀ ਸਾਰੇ ਮੇਰੇ ਵੀਰ ਸਮਝਦਾਰ ਆ। ਬਾਕੀ ਵੀਰੋ ਮੈਂ ਨਹੀਂ ਕਹਿੰਦਾ ਵੀ ਆਪਾਂ ਕਿਸੇ ਚੀਜ਼ ਦਾ ਵਿਰੋਧ ਕਰੀਏ, ਪਰ ਜਿਹੜੇ ਬੰਦੇ ਨੇ ਗਲਤੀ ਕੀਤੀ ਆ ਉਸ ਗਲਤੀ ਦਾ ਉਸ ਨਾਲ ਆਪਾਂ ਜ਼ਰੂਰ ਗੱਲ ਕਰੀਏ। ਭਗਵੰਤ ਮਾਨ ਨੇ ਜਿਹੜੇ ਕੰਮ ਕੀਤੇ ਆ ਉਹਨੇ ਪੱਲਿਓਂ ਨਹੀਂ ਕੀਤੇ ਹੈਗੇ। ਭਗਵੰਤ ਮਾਨ ਕੋਲ ਇੱਦੋਂ ਪਹਿਲਾਂ ਜਿੱਦਣ ਉਹ ਰਾਜਨੀਤੀ 'ਚ ਆਇਆ, ਇੱਦੋਂ ਪਹਿਲਾਂ ਉਹਦੇ ਕੋਲ ਆਪਦੀ ਪ੍ਰੋਪਰਟੀ ਬਹੁਤ ਸੀਗੀ। ਉੱਦਣ ਉਸ ਨੇ ਕਿਹੜਾ ਮੈਨੂੰ ਦੱਸ ਦਿਉ ਵੀ ਲੰਗਰ ਲਾਇਆ, ਕਿਹੜੇ ਉਹਨੇ ਪੁੰਨਦਾਨ ਕੀਤੇ ਨੇ? ਨਾਲੇ ਯੋਧਿਆਂ ਦੇ ਦਰਦ ਨਹੀਂ ਹੁੰਦਾ ਹੁੰਦਾ ਵੀਰੋ, ਸਿੰਘਾਂ ਦੀ ਸਟੋਰੀ ਆਪਾਂ ਖੜਕੂ ਸਿੰਘਾਂ ਦੀ, ਇਕੱਲੇ ਇਕੱਲੇ ਨੂੰ ਪਤਾ, ਜਵਾਕ ਨੂੰ ਵੀ ਪਤਾ ਅੱਜ ਦੇ ਨੂੰ ਕੀ ਸਟੋਰੀਆਂ, ਨਹੁੰ ਖਿੱਚੇ ਗਏ, ਪ੍ਰੈਸਾਂ ਲਾਈਆਂ ਗਈਆਂ, ਲੱਤਾਂ ਪਾੜੀਆਂ ਗਈਆਂ ਉਹਨਾਂ ਦੀਆਂ, ਉਹ ਤਸ਼ੱਦਦ ਕੀਤੇ ਗਏ ਜਿਨ੍ਹਾਂ ਦਾ ਆਪਾਂ ਨਾਂ ਵੀ ਨਹੀਂ ਸੁਣਿਆ ਹੋਣਾ, ਪਰ ਉਹਨਾਂ ਨੇ ਪੰਜਾਬ ਦੇ ਲਈ, ਸਿੱਖੀ ਦੇ ਲਈ ਮੂੰਹ ਨਹੀਂ ਖੋਲ੍ਹਿਆ। ਜੇ ਇੰਨਿਆਂ ਦਰਦਾਂ ਦੇ ਵਿੱਚ ਮੂੰਹ ਨਹੀਂ ਖੋਲ੍ਹਿਆ ਜਾ ਸਕਦਾ ਤਾਂ ਗੁਰਦੇ ਦਾ ਪੱਥਰੀ ਦੇ ਦਰਦ ਲਈ ਕੀ ਮੂੰਹ ਖੋਲ੍ਹਿਆ ਵੀ ਨਹੀਂ ਜਾ ਸਕਦਾ? ਜੇ ਉਹ ਮੂੰਹ ਬੰਦ ਰਹਿ ਸਕਦੇ ਇੰਨਾ ਦਰਦ ਸਹਿ ਕੇ ਵੀ, ਤਾਂ ਆ ਇੰਨੇ ਕੁ ਦਰਦ ਨਾਲ ਕਿਤੇ ਮੂੰਹ ਖੋਲ੍ਹਿਆ ਨਹੀਂ ਸੀ ਜਾ ਸਕਦਾ, ਖੋਲ੍ਹਿਆ ਜਾ ਸਕਦਾ ਸੀ।
ਸਾਡੇ ਵੀਰ ਨੇ ਮਨਸਬ ਹੀ ਨਹੀਂ ਸਮਝਿਆ ਮੈਂ ਖੋਲਾਂ। ਦਿੱਲੀ ਦੀ ਪਰਵਾਹ ਹੋ ਗਈ, ਪੰਜਾਬੀਆਂ ਦੀ ਪਰਵਾਹ ਨਹੀਂ ਵੀਰੇ ਤੈਨੂੰ ਹੋਈ, ਬਿਲਕੁਲ ਨਹੀਂ ਹੋਈ। ਤੈਂ 200-400 ਮੈਨੂੰ ਨਹੀਂ ਪਤਾ ਕਿੰਨੇ ਬੰਦੇ ਵੀਰੇ ਬਾਹਰੋਂ ਮੰਗਾਤੇ ਨੇ, ਤੈਂ 5-7 ਕਰੋੜ ਪੰਜਾਬੀਆਂ 'ਤੇ ਵੀ ਲਾਤਾ। ਤੈਂ ਕੋਈ ਠੀਕ ਆ, ਮੈਂ ਇਹਨਾਂ ਗੱਲਾਂ ਨਾਲ ਮੈਂ ਤੇਰੇ ਨਾਲ ਸਹਿਮਤ ਹਾਂ ਵੀ ਤਾਂ ਆਹ ਕੰਮ ਕੀਤੇ ਨੇ, ਪਰ ਅੱਜ ਸਾਰੇ ਪੰਜਾਬ ਦਾ ਮਸਲਾ ਸੀ, 2.5-3 ਕਰੋੜ ਲੋਕਾਂ ਦੇ ਮਸਲਾ ਸੀ ਅੱਜ। ਉਹ 40 ਨੂੰ ਤੇਰੇ ਨੂੰ ਮੈਂ ਮੂਹਰੇ ਰੱਖਾਂ, 100 ਨੂੰ ਮੂਹਰੇ ਰੱਖਾਂ, ਤੇਰੇ 200 ਨੂੰ ਮੂਹਰੇ ਰੱਖਾਂ, ਜਾਂ ਜਿਹੜੇ ਤਾਂ 3-4 ਕਰੋੜ ਲੋਕਾਂ ਨੂੰ ਪਿੱਛੇ ਪਾਤਾ ਇਹਨਾਂ ਦੀ ਤਕੜੀ ਚ ਧਰ ਕੇ ਹੁਣ ਮੈਂ ਦੇਖਾਂ ਤੈਨੂੰ। ਇਸ ਲਈ ਮੈਂ ਬਾਕੀ ਇਹ ਮੇਰੇ ਵਿਚਾਰ ਆ ਵੀਰੋ, ਤੁਹਾਡੀ ਆਪਦੀ ਨਿਗਾਹ ਤੁਸੀਂ ਆਪਦੇ ਹਿਸਾਬ ਨਾਲ ਮਾਨ ਸਾਹਿਬ ਨੂੰ ਦੇਖ ਸਕਦੇ ਹੋ, ਪਰ ਮੈਂ ਜਿਹੜੀ ਨਿਗਾਹ ਨਾਲ ਯੋਧੇ ਦੀ ਪਦਵੀ 'ਤੇ ਦੇਖਦਾ ਸੀਗਾ, ਯੋਧਾ ਕਦੇ ਵੀ ਐਂ ਨਹੀਂ ਹੁੰਦਾ। ਯੋਧੇ ਉੱਠ ਕੇ ਖਲੋ ਜਾਂਦੇ ਆ, ਅੱਧੇ ਵੱਡੇ ਵੀ ਖੜ੍ਹ ਜਾਂਦੇ ਆ ਉੱਠ ਕੇ। ਇਸ ਲਈ ਮੈਂ ਮਾਨ ਸਾਹਿਬ ਬਹੁਤ ਦੁੱਖ ਮਨਾਉਣਾ ਸੀ ਤੁਹਾਡੀ ਗੱਲ ਦਾ। ਅਤੇ ਬਾਕੀ ਵੀਰੋ ਕਿਰਪਾ ਕਰਕੇ ਤੁਸੀਂ ਵੀ ਸਾਰੇ, ਜੇ ਤੁਹਾਨੂੰ ਲੱਗਦਾ ਕਿ ਆਪਾਂ ਅੱਗੇ ਤੋਂ ਸਾਡਾ ਵੀਰ ਕੋਈ ਇਹੋ ਜਿਹੀ ਗਲਤੀ ਨਾ ਕਰੇ, ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ, ਤਾਂ ਕਿ ਉਹਨਾਂ ਵੀਰਾਂ ਤੱਕ, ਉਹ ਜਿਹੜੇ MLA ਆ ਸਾਰਿਆਂ ਤੱਕ ਪਹੁੰਚ ਸਕੇ ਜਿਨ੍ਹਾਂ ਨੇ ਇਹ ਗਲਤੀ ਕੀਤੀ ਆ ਸਾਡਾ ਪੰਜਾਬੀਆਂ ਦਾ ਸਾਥ ਛੱਡਣ ਦੀ। ਅਸੀਂ ਉਦੋਂ ਵੀ ਤਪਦੀ ਅੱਗ 'ਚ ਇਹਨਾਂ ਨੂੰ ਵੋਟਾਂ ਪਾਈਆਂ ਨੇ, ਅਸੀਂ ਕੱਲ੍ਹ ਵੀ ਤਪਦੀ ਅੱਗ 'ਚ ਆਪਦੇ ਹੱਕ ਲੈਣ ਗਏ ਸੀ। ਜਿਹੜੇ ਆਪਣੇ ਬਰੋਬਰ ਆ ਕੇ ਨਹੀਂ ਖੜ੍ਹੇ, ਉਹਨਾਂ ਦਾ ਮੈਂ ਤੁਹਾਨੂੰ ਕਹਿਣਾ ਕਿਵੇਂ ਵੀ ਕਿਸੇ ਤਰੀਕੇ ਵੀ ਸਮਝਾਉਣਾ ਕਰੋ, ਜਾਂ ਉਹ ਕਹਿ ਦਿਓ ਵੀ ਬਸ ਹੁਣ ਸਾਡਾ ਤੁਹਾਡੇ ਨਾਲ ਬਾਈਕਾਟ ਆ। ਇਸ ਲਈ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪ ਵੀ ਵੀਰੋ ਆਪਣਾ ਫਰਜ਼ ਬਣਦਾ ਕਿ ਜਦ ਕੋਈ ਗਲਤੀ ਕਰਦਾ ਉਸ ਨੂੰ ਸਾਹਮਣੇ ਲੈ ਕੇ ਆਓ, ਲੁਕਾਉਣਾ ਬੰਦ ਕਰ ਦਿਓ। ਪਹਿਲਾਂ ਆਪਾਂ ਪਾਰਟੀ ਦੀਆਂ ਗਲਤੀਆਂ ਲੁਕਾਉਂਦੇ ਰਹੇ ਹਾਂ, ਉਹ ਤੋਂ ਧੋਖਾ ਖਾਧਾ, ਅੱਜ ਮਾਨ ਨੇ ਬਹੁਤ ਬੜੀ ਗਲਤੀ ਕੀਤੀ ਆ। ਇਸ ਲਈ ਇਹਨੂੰ ਹੁਣ ਲੁਕੋਵੋ ਨਾ, ਮਾਨ ਦੇ ਸਾਹਮਣੇ ਲੈ ਕੇ ਆਓ ਵੀ ਦੇਖ ਤੇਰੇ 'ਤੇ ਸਾਨੂੰ ਬਹੁਤ ਆਸਾਂ ਸੀਗੀਆਂ, ਤੈਂ ਆਹ ਬਹੁਤ ਗਲਤ ਕੰਮ ਕਰਤਾ। ਹਲੇ ਵੀ ਡੁੱਲੇ ਵੇਰਾਂ ਦਾ ਕੁਛ ਨਹੀਂ ਵਿਗੜਿਆ। ਅੱਜ ਵੀ ਜੇ ਉਹ ਕਹਿ ਦੇਵੇ, ਮਾਨ ਸਾਹਿਬ ਨੂੰ ਮੇਰੀ ਬੇਨਤੀ ਆ ਕਿ ਅੱਜ ਵੀ ਜੇ ਦਿੱਲੀ ਦੇ ਖਿਲਾਫ਼ ਤੁਸੀਂ ਉੱਠ ਕੇ ਕਹਿ ਦਵੋ ਕਿ ਦਿੱਲੀਏ ਤੈਂ ਸਾਡੇ ਨਾਲ ਮਾੜਾ ਕੀਤਾ, ਕਰਦੀ ਹਾਂ ਤੂੰ, ਅਸੀਂ ਇਹ ਨਹੀਂ ਚੱਲਣਾ, ਤਾਂ ਅੱਜ ਵੀ ਮੈਨੂੰ ਲੱਗਦਾ ਜਿਹੜੇ ਵੀਰ ਸਾਡੇ ਪੰਜਾਬੀ ਗੁੱਸੇ ਨੇ ਉਹ ਠੀਕ ਹੋ ਜੂਗਾ, ਉਹਨਾਂ ਦਾ ਗੁੱਸਾ, ਉਹਨਾਂ ਦਾ ਹਮਦਰਦੀ 'ਚ ਪਿਆਰ ਬਦਲ ਜੂਗਾ। ਇਸ ਲਈ ਬੇਨਤੀ ਆ ਵੀਰ ਵੀ ਜਿੰਨੀ ਛੇਤੀ ਤੇ ਤੋਂ ਹੋ ਸਕਦਾ ਬਿਆਨ ਦੇ ਦੇ, ਜੇ ਤਾਂ ਹਲੇ ਵੀ ਬਿਆਨ ਨਹੀਂ ਦਿੱਤਾ ਤਾਂ ਫਿਰ ਤੂੰ ਰਾਜਨੀਤੀ ਨੇਤਾ ਹੋ ਸਕਦਾ, ਤੂੰ ਲੋਕ ਨੇਤਾ ਨਹੀਂ ਹੈਗਾ, ਤੂੰ ਲੋਕ ਪ੍ਰਿਯ ਨਹੀਂ ਹੈ, ਲੋਕਾਂ ਵਾਲਾ ਨਹੀਂ ਤੂੰ ਹੈਗਾ। ਫਿਰ ਵੀਰ ਜਿਹੜੇ ਤਾਂ ਫਿਰ ਕੰਮ ਕੀਤੇ ਆ ਉਹਨਾਂ ਪਿੱਛੇ ਵੀ ਤੇਰਾ ਕੋਈ ਮਕਸਦ ਆ ਲੁਕਿਆ ਹੋਇਆ, ਕਿਉਂਕਿ ਬੱਲੇ ਬੱਲੇ ਆ ਜਿਹੜੀ ਇਹ ਬਹੁਤ ਵੱਡੀ ਇੱਕ ਬੰਦੇ ਦੇ ਅੰਦਰ ਆ ਜਿਹੜੀ ਨਾ ਉਹ ਇੱਕ ਚੀਜ਼ ਹੁੰਦੀ ਹੈ, ਪੈਸੇ ਨਾਲ ਵੀ ਵੱਧ ਹੁੰਦੀ ਆ ਵੀ ਮੈਨੂੰ ਬੱਲੇ ਬੱਲੇ ਕਰਨ ਲੋਕ। ਹੁਣ ਤੂੰ ਕੇਜਰੀਵਾਲ ਦੀ ਬੱਲੇ ਬੱਲੇ ਦੇ ਪਿੱਛੇ ਪੈ ਗਿਆ ਵੀਰ, ਪੰਜਾਬੀਆਂ ਦੀ ਬੱਲੇ ਬੱਲੇ ਤਾਂ ਛੱਡਤੀ ਇੱਥੇ ਆ ਕੇ। ਅਤੇ ਬਾਕੀ ਚਲੋ ਠੀਕ ਆ ਵੀਰ, ਕੋਈ ਗੱਲ ਨਹੀਂ। ਅਤੇ ਬਾਕੀ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਵੀਰੋ ਤੁਸੀਂ ਆਪਦੇ ਹਿਸਾਬ ਨਾਲ ਹਿਸਾਬ ਕਿਤਾਬ ਕਰਿਓ ਮਾਨ ਸਾਹਿਬ ਨਾਲ, ਯਾਨੀ ਮੈਂ ਜਿਹੜੀ ਗੱਲ ਅੱਜ ਕੀਤੀ ਆ ਤੁਹਾਡੇ ਨਾਲ ਉਹ ਇਹ ਕੀਤੀ ਆ ਵੀ ਯੋਧਿਆਂ 'ਚ ਨਹੀਂ ਨਿਤਰਿਆ ਆਪਣਾ ਮਾਨ ਸਾਹਿਬ, ਯੋਧਿਆਂ 'ਚ ਨਹੀਂ ਨਿਤਰਿਆ। ਇਸ ਲਈ ਹੁਣ ਤੁਸੀਂ ਦੇਖੋ ਕਿਹੜੀ ਕੈਟਾਗਰੀ 'ਚ ਆਪਣੇ ਮਾਨ ਵੀਰ ਨੂੰ ਰੱਖਣਾ, ਪਰ ਉਹ ਇੱਕ ਦਿੱਲੀ ਦਾ ਸਾਥੀ ਤਾਂ ਬਣ ਗਿਆ, ਪੰਜਾਬੀਆਂ ਦਾ ਸਾਥੀ ਨਹੀਂ ਬਣ ਸਕਿਆ। ਸਾਰੇ ਵੀਰਾਂ ਦਾ ਇੰਨਾ ਕਹਿੰਦੇ ਹੋਏ ਧੰਨਵਾਦ ਕਰਦਾ, ਅਤੇ ਵੀਰੋ ਬੇਨਤੀ ਕਰਦਾ ਕਿ ਇਹਨੂੰ ਵੱਧ ਤੋਂ ਵੱਧ ਜੇ ਤੁਹਾਨੂੰ ਠੀਕ ਲੱਗੇ ਵਿਚਾਰ ਤਾਂ ਸ਼ੇਅਰ ਕਰ ਦਿਓ, ਤਾਂ ਕਿ ਆਪਣੇ ਜਿਹੜੇ ਅੱਗੇ ਤੋਂ ਕੋਈ ਵੀ ਆਪਣੇ ਨਾਲ ਕਰਨਾ ਚਾਹੇ ਇਹ ਗਦਾਰੀ, ਜਾਂ ਜਿਹੜੇ MLA ਨੇ ਆਪਣੇ ਗਏ ਨੇ ਦਿੱਲੀ, ਤਾਂ ਉਹ ਨਾ ਕਰਨ, 100 ਵਾਰ ਸੋਚਣ, 1000 ਵਾਰ ਸੋਚਣ ਕਿ ਮੈਂ ਲੋਕਾਂ ਦੀ ਸੁਣਾ ਜਾਂ ਉਹਨਾਂ ਦੀ ਸੁਣਾ ਜਿਹੜੇ ਕਿ ਲੋਕਾਂ ਨੇ ਬਣਾਏ ਨੇ।